ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿਖੇ ਪਿਛਲੇ 16 ਸਾਲ ਤੋਂ ਸਮੂਹ ਸੰਗਤਾਂ ਦੇ ਅਤੇ ਸਾਰੇ ਗੁਰਦੁਆਰਾ ਸਾਹਿਬ ਵੱਲੋਂ ਮਿਲ ਕੇ ਬਹੁਤ ਹੀ ਸ਼ਾਨਦਾਰ ਨਗਰ ਕੀਰਤਨ ਵੱਖ ਵੱਖ ਸਮੇਂ 'ਤੇ ਸਜਾਇਆ ਜਾਂਦਾ ਨੇ। ਇਸ ਵਾਰ ਖਾਲਸੇ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਵਿਸਾਖੀ ਦਾ ਨਗਰ ਕੀਰਤਨ 18 ਮਈ ਨੂੰ ਗੁਰਦੁਆਰਾ ਮਿਲਵਟ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਿੰਘ ਸਾਹਿਬ ਵਿਖੇ ਜਾਏਗਾ। ਇਸ ਨਗਰ ਕੀਰਤਨ ਦੇ ਵਿੱਚ ਸਾਰੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀਆਂ ਵੱਲੋਂ ਮਿਲ ਕੇ ਇੱਕ ਨਗਰ ਕੀਰਤਨ ਕਮੇਟੀ ਬਣਾਈ ਗਈ ਆ। ਉਸ ਕਮੇਟੀ ਦੇ ਚੇਅਰਮੈਨ ਸਰਦਾਰ ਗੁਰਚਰਨ ਸਿੰਘ ਸੰਘਾ ਸਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ। ਅਸੀਂ ਇਹ ਆਪਣਾ ਸੁਭਾਗ ਸਮਝਦੇ ਹਾਂ ਕਿ ਜੋ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਸਾਡੀ ਵਿਰਾਸਤ ਹੈ ਇਹ, ਜੋ ਵਿਸਾਖੀ ਦਾ ਦਿਹਾੜਾ ਆਉਂਦਾ ਹੈ, ਸਾਰਾ ਸਾਲ ਇਹਨੂੰ ਉਡੀਕਦੇ ਰਹਿੰਦੇ ਹਾਂ, ਔਰ ਇਹ ਮਨਾਉਣ ਦਾ ਜੋ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ, ਸਾਰੀਆਂ ਸੰਗਤਾਂ ਦੇ ਨਾਲ ਰਲ ਕੇ, ਸਾਰੇ ਗੁਰੂ ਘਰਾਂ ਦੇ ਨਾਲ ਰਲ ਕੇ ਅਸੀਂ ਹਰ ਸਾਲ ਮਨਾਉਂਦੇ ਹਾਂ। ਇਸ ਸਾਲ ਇਸ 18 ਮਈ ਨੂੰ ਜੋ 16ਵਾਂ ਨਗਰ ਕੀਰਤਨ ਗੁਰੂ ਕੀ ਸੰਗਤਾਂ ਮਨਾ ਰਹੀਆਂ ਨੇ ਐਡਮਿੰਟਨ ਵਿੱਚ, ਸੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 18 ਮਈ ਨੂੰ 12:30 ਵਜੇ ਇਹ ਨਗਰ ਕੀਰਤਨ ਇੱਥੋਂ ਆਰੰਭ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਦਾ ਸਦਕਾ, ਉਹਨਾਂ ਦੀ ਮਿਹਰ ਦੇ ਥੱਲੇ, ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ 12:30 ਵਜੇ ਗੁਰਦੁਆਰਾ ਮਿਲਵੁਰਸ ਤੋਂ ਨਗਰ ਕੀਰਤਨ ਆਰੰਭ ਹੋਏਗਾ, ਜਿਹੜਾ ਕਿ ਗੁਰਦੁਆਰਾ ਸਿੰਘ ਸਭਾ ਨੂੰ ਜਾਏਗਾ ਔਰ ਉੱਥੇ 2:20 'ਤੇ ਇਹ ਪਹੁੰਚੇਗਾ, ਔਰ 2:20 ਤੋਂ 3:30 ਵਜੇ ਤੱਕ ਉੱਥੇ ਸਟੇਜ ਲੱਗੇਗੀ, ਜਿੱਥੇ ਕਿ ਸਾਡੇ ਜੋ ਮਾਨਯੋਗ ਗੈਸਟ ਹਨ ਉਹ ਆ ਕੇ ਆਪਣੀਆਂ ਬੈਸਟ ਵਿਸ਼ਿਸ ਲਿਆਉਣਗੇ ਔਰ ਸਾਰੀ ਕਮਿਊਨਿਟੀ ਨੂੰ ਦੇਣਗੇ। ਬੇਨਤੀ ਇਹ ਹੈ ਕਿ ਸੰਗਤਾਂ ਨੂੰ ਕਿ ਉਸ ਦਿਨ ਵਾਕਿਆ ਤੁਸੀਂ ਇਸ ਪਹਿਰਾਵੇ 'ਚ ਆਉਣਾ ਕਿ ਸਾਡਾ ਇਹ ਜੋ ਦਿਹਾੜਾ ਹੈ ਇਹ ਵਾਕਿਆ ਹੀ ਇਹ ਲੱਗੇ ਕਿ ਇਹ ਸਿੰਘਾਂ ਦਾ ਦਿਹਾੜਾ ਹੈ ਔਰ ਖਾਲਸੇ ਹੀ ਜਲੌ ਦੇ ਨਾਲ ਇਹ ਮਨਾਇਆ ਜਾਏਗਾ। ਸੋ ਬੇਨਤੀ ਹੈ ਕਿ ਤੁਸੀਂ ਕੇਸਰੀ ਰੰਗ ਦੇ ਦੁਪੱਟੇ ਦਸਤਾਰਾਂ ਸਜਾ ਕੇ ਔਰ ਬੱਚਿਆਂ ਦੇ ਪਟਕੇ ਬੰਨ ਕੇ ਜ਼ਰੂਰ ਆਉਣਾ। ਸੋ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਤਾਂ ਕਿ ਆਪਾਂ ਸਾਰੇ ਹੀ ਇਸ ਵਿੱਚ ਸ਼ਾਮਿਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਲੈ ਸਕੀਏ ਔਰ ਇਸ ਦਿਹਾੜੇ ਨੂੰ ਪੂਰੀ ਤਰ੍ਹਾਂ ਮਨਾ ਸਕੀਏ। ਸਰਦਾਰ ਬਲਬੀਰ ਸਿੰਘ ਚਾਨਾ, ਤੁਸੀਂ ਜਾਣਕਾਰੀ ਲੈਣੀ ਕਿ ਇਸ ਨਗਰ ਕੀਰਤਨ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਲਈ ਆਉਂਦੀਆਂ ਨੇ। ਚਾਨਾ ਸਾਹਿਬ, ਜੋ ਇੰਨੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਆ, ਉਹਦਾ ਪ੍ਰਬੰਧ ਉੱਥੇ ਦੇ ਫਲੋਟਸ ਵਗੈਰੇ ਜਾਂ ਹੋਰ ਨਗਰ ਕੀਰਤਨ ਬਾਰੇ ਜਾਣਕਾਰੀ ਜੋ ਸਾਡੇ ਵਤਨ ਟੀਵੀ ਦਰਸ਼ਕਾਂ ਦੇ ਜੀ? ਉਹਦੇ ਵਿੱਚ ਜੀ ਪ੍ਰਬੰਧ ਬੜੇ ਸਟੇਲੇ ਢੰਗ ਨਾਲ ਕੀਤਾ ਜਾਂਦਾ ਆ ਕਿ ਕਿਉਂਕਿ ਸੰਗਤ ਜ਼ਿਆਦਾ ਹੁੰਦੀ ਹੈ ਅਤੇ ਪਾਰਕਿੰਗ ਬਹੁਤ ਘੱਟ ਹੁੰਦੀ ਹੈ, ਇਸ ਕਰਕੇ ਕਾਰਾਂ ਜੋ ਪਾਰਕ ਕਰਦੇ ਆ ਸੰਗਤ, ਉਹਨਾਂ ਨੂੰ ਕਹੀਦਾ ਕਿ ਅਸੀਂ 2 ਥਾਂ ਦੇ ਉੱਤੇ ਪ੍ਰਬੰਧ ਕੀਤੇ, ਉੱਥੇ ਪਾਰਕ ਕਰਕੇ ਉਹ ਉੱਥੋਂ ਸਪੈਸ਼ਲ ਬੱਸਾਂ ਦਾ ਅਰੇਂਜ ਕੀਤਾ ਜਾਂਦਾ ਆ, ਟੈਕਸੀ ਹੁੰਦੀ ਹੈ, ਲੈਮੋਜ ਹੁੰਦੀਆਂ ਨੇ, ਉਹਨਾਂ ਦੇ ਵਿੱਚ ਆ ਕੇ ਉਹ ਗੁਰਦੁਆਰੇ ਦੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਅਤੇ ਬਾਕੀ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ, ਲੰਗਰ ਪਾਣੀ ਦੀ, ਅਤੇ ਜੋ ਵੀ ਉਹਨਾਂ ਨੇ ਆ ਕੇ ਕੋਈ ਕਿਸੇ ਕਿਸਮ ਦੀ ਵੀ ਉਹਨਾਂ ਨੂੰ ਸੇਵਾ ਚਾਹੀਦੀ ਹੈ ਉਹ ਪ੍ਰਬੰਧਕਾਂ ਨੂੰ ਮਿਲ ਕੇ ਉਹ ਲੈ ਸਕਦੇ ਹਨ। ਅਤੇ ਜਿਹੜੇ ਦੂਰੋਂ ਆਉਂਦੇ ਨੇ ਸੰਗਤਾਂ, ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਇਹ ਲੱਗਾ। ਅਤੇ ਬਾਕੀ ਪਾਰਕ ਐਂਡ ਰਾਈਡ ਦਾ ਜਿਹੜਾ ਪ੍ਰਬੰਧ ਹੈਗਾ ਉਹ ਇੱਦਾਂ ਕੀਤਾ ਜਾਂਦਾ ਆ, ਅਤੇ ਪੁਲਿਸ ਹੈ, ਵਲੰਟੀਅਰ ਹਨ, ਉਹ ਸਾਰੇ ਬੜੇ ਸਹਿਯੋਗ ਦਿੰਦੇ ਨੇ ਅਤੇ ਨਾਲ ਉਹਨਾਂ ਦੇ ਨਾਲ ਸੇਵਾ ਕਰਦੇ ਨੇ। ਜੋ ਇਹ ਨਗਰ ਕੀਰਤਨ ਕਮੇਟੀ ਵੱਲੋਂ ਨਗਰ ਕੀਰਤਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਇਸ ਬਾਰੇ ਜ਼ਿਆਦਾ ਜਾਣਕਾਰੀ ਅਸੀਂ ਅਗਲੇ ਹਫ਼ਤੇ ਦੇ ਪ੍ਰੋਗਰਾਮ ਤੁਹਾਨੂੰ ਦੇਵਾਂਗੇ। ਤੁਸੀਂ ਦੇਖਦੇ ਰਹਿਣਾ ਵਤਨ ਟੀਵੀ।